ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ, ਮੈਂ ਹਾਂ ਸੰਦੀਪ ਸ਼ਰਮਾ। ਸੋ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ ਪੈਟਰੋਲ ਪੰਪ ਡੀਲਰ ਐਸੀ ਜਿਹੜੀ ਇੱਕ ਦਿਨ ਦੀ ਜਿਹੜੀ ਹੜਤਾਲ ਰੱਖੀ ਹੈ, ਯਾਨੀ ਕਿ ਪੈਟਰੋਲ ਪੰਪ ਜਿਹੜੇ ਪੈਟਰੋਲ ਪੰਪ ਹੈ ਬਿਲਕੁਲ ਬੰਦ ਰਹਿਣਗੇ। ਕਿਤੇ ਨਾ ਕਿਤੇ ਦੱਸ ਦਈਏ ਕਿ ਸ਼ਹਿਰਾਂ ਦੇ ਤਕਰੀਬਨ ਜ਼ਿਲ੍ਹਾ ਲੁਧਿਆਣਾ ਵਿਖੇ ਤਕਰੀਬਨ 390 ਦੇ ਕਰੀਬ ਜਿਹੜੇ ਪੈਟਰੋਲ ਪੰਪ ਹੈ ਅੱਜ ਪੂਰੀ ਤਰ੍ਹਾਂ ਠੱਪ ਹੈ, ਲੇਕਿਨ ਫਿਰ ਵੀ ਕਿਤੇ ਨਾ ਕਿਤੇ ਜਿਹੜੇ ਸਰਕਾਰੀ ਪੈਟਰੋਲ ਪੰਪ ਹੈ ਉਹ ਖੁੱਲ੍ਹੇ ਆ, ਲੇਕਿਨ ਆਮ ਜਿਹੜੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਪੈਟਰੋਲ ਗੱਡੀਆਂ 'ਚ ਨਹੀਂ ਹੈ, ਤਾਂ ਕਾਫੀ ਲੋਕ ਜਿਹੜੇ ਦੂਰੋਂ ਦੂਰੋਂ ਆ ਰਹੇ ਸੀ ਪੈਟਰੋਲ ਦਾ ਨਹੀਂ ਮਿਲਣਾ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਤਾਂ ਭਾਅ ਜੀ ਕਿੱਥੋਂ ਆ ਰਹੇ ਤੁਸੀਂ? ਵੀਰ ਜੀ ਸ਼ੇਰਪੁਰ ਤੋਂ ਆ ਰਿਹਾ ਮੈਂ। ਪੈਟਰੋਲ ਪਹਿਲਾਂ ਪਿੱਛੇ ਨਵੀਂ ਕਿਹੜੇ ਮਿਲਿਆ ਨਹੀਂ? ਕਿਸੇ ਪਾਸੇ ਨਹੀਂ ਮਿਲ ਰਿਹਾ, ਸਾਰੇ ਪਾਸੇ ਬੰਦ ਪਿਆ ਭਾਅ ਜੀ। ਰੋਡ ਬੰਦ ਨਹੀਂ ਹੋਈ ਹੈਗਾ ਸੀ? ਬੰਦ ਗੱਡੀ ਬੰਦ ਸੀ ਭਰਾਵਾ, 4-5 ਜਣਾਂ ਤੋਂ ਲੱਤ ਲਵਾਈ, ਫਿਰ ਕਿਸੇ ਦੀਆਂ ਮਿੰਤਾਂ ਰਿਕੁਐਸਟਾਂ ਕੀਤੀਆਂ, ਕੋਈ ਪਾ ਹੀ ਨਹੀਂ ਰਿਹਾ ਸੀ। ਅੱਛਾ। ਤੇ ਦੋ ਇੱਕ ਦੋ ਸੱਜਣ ਪੁਰਖ ਮਿਲੇ ਜਿਨ੍ਹਾਂ ਨੇ 100-200 ਗ੍ਰਾਮ ਜ਼ਰੂਰ ਮੈਨੂੰ ਕੁੱਪੀ 'ਚ ਪਾ ਕੇ ਦਿੱਤਾ, ਤਾਂ ਕਰਕੇ ਫਿਰ ਉਹ ਪਾ ਕੇ ਲੱਗ ਗਿਆ। 4 ਕਿਲੋਮੀਟਰ ਸ਼ੇਰਪੁਰ ਤੋਂ? ਹਾਂਜੀ 4-5 ਕਿਲੋਮੀਟਰ ਰਸਤਾ। ਹਾਂਜੀ ਇਹ ਦੇਖੋ, ਬੜੀ ਪਰੇਸ਼ਾਨੀ ਹੋਈ ਜਾਂਦੀ, ਬਹੁਤ ਜ਼ਿਆਦਾ। ਅੱਜ ਬੰਦ ਰਹਿਣਗੇ ਪੈਟਰੋਲ ਪੰਪ? ਨਹੀਂ ਸਰ, ਐਕਚੁਅਲੀ ਪਤਾ ਨਹੀਂ ਸੀ, ਜੇ ਪਤਾ ਹੁੰਦਾ ਤਾਂ ਕਿਉਂ ਇਦਾਂ ਹੁੰਦਾ। ਠੀਕ ਹੈ, ਕੰਮ ਕਰ ਰਹੇ ਸਰਕਾਰ, ਜੌਬ ਕਰ ਰਹੇ? ਹਾਂਜੀ ਗਲਾਡਾ ਵਿੱਚ, ਪੈਸਕੋ ਵਿੱਚ। ਅੱਛਾ ਅੱਛਾ। ਹਾਂਜੀ ਸਰ, ਇਸ ਚੀਜ਼ ਦਾ ਮੈਨੂੰ ਪਤਾ ਨਹੀਂ ਸੀ ਬਿਲਕੁਲ ਵੀ, ਨੌਨ ਵਿੱਚ ਨਹੀਂ ਸੀ। ਹਾਂਜੀ ਥੋੜ੍ਹੇ ਆਮ ਜਿਹੜੇ ਲੋਕਾਂ ਨੂੰ ਕਾਫੀ ਜਿਹੜਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਪੈਟਰੋਲ ਪੰਪ ਬੰਦ ਸ਼ਹਿਰ ਦੇ ਕਾਫੀ ਤਕਰੀਬਨ ਤੁਹਾਨੂੰ ਦੱਸਦੀ ਕਿ ਪੂਰੇ ਜ਼ਿਲ੍ਹੇ ਵਿੱਚ 390 ਦੇ ਉੱਪਰ ਜਿਹੜੇ ਪੈਟਰੋਲ ਪੰਪ ਹੈ ਅੱਜ ਪੂਰੀ ਤਰ੍ਹਾਂ ਠੱਪ ਹੈ, ਪੈਟਰੋਲ ਪੰਪ ਸਾਰੀ ਤਰ੍ਹਾਂ ਬੰਦ ਹੈਗੇ ਆ। ਤਾਂ ਸਿਰਫ ਜਿਹੜੇ ਸਰਕਾਰੀ ਪੈਟਰੋਲ ਪੰਪ ਹੈ ਉਹੀ ਅੱਜ ਖੁੱਲ੍ਹ ਗਏ। ਤਕਰੀਬਨ ਲੁਧਿਆਣੇ ਵਿੱਚ ਸਿਰਫ 3 ਪੈਟਰੋਲ ਪੰਪ ਇੱਦਾਂ ਜਿਹੜੇ ਸਰਕਾਰੀ ਪੈਟਰੋਲ ਪੰਪ ਹੈ ਉਹੀ ਖੁੱਲ੍ਹੇ ਆ, ਬਾਕੀ ਕੋਈ ਵੀ ਇਸ ਤਰ੍ਹਾਂ ਦਾ ਪੈਟਰੋਲ ਪੰਪ ਅੱਜ ਪੂਰਾ ਜ਼ਿਲ੍ਹਾ ਲੁਧਿਆਣਾ ਵਿੱਚ ਪੈਟਰੋਲ ਪੰਪ ਨਹੀਂ ਖੁੱਲ੍ਹਿਆ। ਭਾਅ ਜੀ ਕਿੱਥੋਂ ਆ ਰਹੇ ਹੋ? ਮੈਂ ਤਾਂ ਸੈਂਟਰ ਜੇਲ੍ਹ ਦੇ ਕੋਲ ਰਹਿੰਦਾ ਜੀ। ਪੈਟਰੋਲ ਪਵਾਉਣਾ ਕਿ ਖਤਮ ਹੋ ਗਏ ਕਿ ਪੈਸੇ ਹੀ ਪਵਾਉਣੇ? ਨਹੀਂ, ਪੈਟਰੋਲ ਸਾਡਾ ਡਿਲੀਵਰੀ ਦਾ ਕੰਮ ਆ, ਇਸ ਲਈ ਪੈਟਰੋਲ ਦੀ ਤਾਂ ਲੋੜ ਪੈਂਦੀ ਆ, 200-300 ਦਾ ਰੋਜ਼ ਚਾਹੀਦਾ ਹੁੰਦਾ, ਨਹੀਂ ਤਾਂ ਅੱਜ ਕੰਮ 'ਤੇ ਬੈਠੇ ਹੋਏ ਸੀਗੇ। ਤੁਹਾਨੂੰ ਪਤਾ ਸੀ ਵੀ ਪੈਟਰੋਲ ਪੰਪ ਅੱਜ ਬੰਦ ਰਹਿਣੇ? ਮੈਂ ਸਵੇਰੇ ਜਦ ਪੈਟਰੋਲ ਪੰਪ ਗਿਆ ਉਦੋਂ ਪਤਾ ਚੱਲਿਆ ਬੰਦ ਨੇ ਅੱਜ, ਕਈ ਪੈਟਰੋਲ ਪੰਪਾਂ 'ਤੇ ਗਿਆ ਬੰਦ ਆ। ਹੁਣ ਮੈਂ ਇੱਧਰੋਂ ਲੱਗਦਾ ਪਿਆ ਸੀ, ਮੈਂ ਕਿਹਾ ਇੱਧਰ ਦੇਖ ਲੈਂਦੇ ਹਾਂ, ਤਾਂ ਖੁੱਲ੍ਹਾ ਮਿਲਿਆ। ਮੁਸ਼ਕਿਲ ਹੋਈ ਹੈ? ਹਾਂਜੀ ਬਹੁਤ ਮੁਸ਼ਕਿਲ ਹੋਈ। ਤੋ ਰਾਹਗੀਰਾਂ ਨੂੰ ਕਾਫੀ ਜਿਹੜੀ ਮੁਸ਼ਕਿਲ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਤੁਸੀਂ ਦੇਖ ਸਕਦੇ ਤਸਵੀਰਾਂ। ਇਹ ਅੰਦਾਜ਼ ਸੀ ਕਿ ਜਿਹੜਾ ਇਹ ਜਿਹੜਾ ਪੈਟਰੋਲ ਪੰਪ ਹੈ ਇਹ ਲੁਧਿਆਣਾ ਦੀ ਕੇਂਦਰੀ ਜੇਲ੍ਹ ਜਿਹੜੇ ਉਹ ਜਿਹੜੇ ਕੈਦੀ ਹੁੰਦੇ ਜਿਹੜੀ ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਹੁੰਦੇ, ਤਾਂ ਉਸ ਤੋਂ ਬਾਅਦ ਇਹਨਾਂ ਦਾ ਇੱਕ ਤਰ੍ਹਾਂ ਦਾ ਜਿਹੜਾ ਵਿਵਹਾਰ ਨੂੰ ਲੈ ਕੇ ਇੱਕ ਇਹ ਪੈਟਰੋਲ ਪੰਪ 'ਤੇ ਕੰਮ ਕਰਦੇ ਆ, ਕਿਉਂਕਿ ਇਹਨਾਂ ਦਾ ਵਿਵਹਾਰ ਨੂੰ ਲੈ ਕੇ ਜਿਹੜਾ ਸਰਕਾਰ ਵੱਲੋਂ ਜਿਹੜਾ ਪੈਟਰੋਲ ਪੰਪ ਚਲਾਇਆ ਗਿਆ ਸੀ ਇਹਨਾਂ ਦੇ ਵਿਵਹਾਰ ਦੇ ਉੱਪਰ ਵੀ ਕਿਸ ਤਰ੍ਹਾਂ ਦੇ ਕੰਮ ਕਰਦੇ, ਇਹ ਐਕਚੁਅਲ ਉੱਥੇ ਸੀ ਕੰਮ ਕਰਦੇ ਜੇਲ੍ਹ ਦੇ ਵਿੱਚ ਸੀ, ਕੈਦੀ ਸੀ, ਤਾਂ ਹੁਣ ਇਹ ਐਜ਼ ਏ ਕਰਮਚਾਰੀ ਵਾਂਗੂ ਇੱਥੇ ਪੈਟਰੋਲ ਭਰਾ ਰਹੇ ਆ। ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਉਜਾਲਾ ਫਿਊਲ ਇਹ ਪੰਪ ਹੈਗਾ ਜਿਹੜਾ ਬਿਲਕੁਲ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਬਿਲਕੁਲ ਸਾਹਮਣੇ ਹੈ। ਸੋ ਗੱਲਬਾਤ ਕਰਦੇ ਹੋ ਅਰੇ ਗੱਡੀਆਂ 'ਚ ਪੈਟਰੋਲ ਭਰਵਾਉਣੇ, ਗੱਲਬਾਤ ਕਰਦੇ ਭਾਅ ਜੀ, ਤੁਹਾਨੂੰ ਪਤਾ ਸੀ ਵੀ ਅੱਜ ਸਟ੍ਰਾਈਕ ਹੈਗੀ ਹੈ? ਨਹੀਂ ਨਹੀਂ, ਮੈਨੂੰ ਨਹੀਂ ਪਤਾ ਸੀ ਵੀਰ ਜੀ ਕੋਈ ਸਟ੍ਰਾਈਕ ਹੈਗੀ ਆ, ਕਿਉਂਕਿ ਮੈਂ ਤਾਂ ਐਂ ਵੀ ਨੇੜੋ ਹੀ ਹਾਂ, ਮੈਂ ਤਾਂ ਇੱਥੇ ਭਰਵਾਇਆ ਕਿਉਂਕਿ ਅਸੀਂ ਹਰ ਵਾਰੀ ਇੱਥੋਂ ਹੀ ਭਰਵਾਉਂਦੇ ਹਾਂ ਤੇਲ, ਅਤੇ ਹੁਣ ਆਪਣਾ ਘਰ ਵੀ ਨੇੜੇ ਹੀ, ਇੱਥੇ ਜਾਣਾ, ਆਹ ਤਾਜਪੁਰ ਰੋਡ 'ਤੇ ਨੇੜੇ ਫੈਕਟਰੀ ਆਪਣੀ, ਤੁਹਾਨੂੰ ਕਾਫੀ ਦੂਰ ਜਾਣਾ ਪੈਣਾ ਸੀ। ਹਾਂਜੀ, ਫਿਰ ਜਾਂ ਤਾਂ ਆਪਣਾ ਚੰਡੀਗੜ੍ਹ ਰੋਡ 'ਤੇ, ਉਹ ਵੀ ਬੰਦ ਹੋਣੇ, ਉਹ ਵੀ ਬੰਦ ਹੋਣੇ ਸੀ ਸਾਰੀ ਸਾਰੇ ਲੁਧਿਆਣੇ ਜ਼ਿਲ੍ਹੇ 'ਚ ਬੰਦ ਹੈ ਪੈਟਰੋਲ? ਨਹੀਂ, ਇਹ ਨਹੀਂ ਮੈਨੂੰ ਪਤਾ ਸੀਗਾ ਜੀ। ਅੱਜ ਅਗਰ ਤੁਸੀਂ ਬਾਹਰ ਜਾਣਾ ਹੁੰਦਾ ਤੁਹਾਨੂੰ ਕਿੱਦਾਂ ਦੀ ਪਰੇਸ਼ਾਨੀ ਹੁੰਦੀ? ਇਹ ਤਾਂ ਪਰੇਸ਼ਾਨੀ, ਗੱਡੀ ਤੇਲ ਹੀ ਨਹੀਂ ਹੈਗਾ ਜੀ, ਦੇਖੋ ਤੇਲ ਹੈ ਨਹੀਂ। ਹਾਂ, ਇਸ ਟਾਈਮ ਦੇਖੋ ਲਾਈਟ ਚੱਲ ਰਹੀ ਹੈ ਜੀ, ਜ਼ੀਰੋ ਹੈਗਾ ਗੱਡੀ, ਇਹਦਾ ਬੰਦ ਸੀਗੀ ਜੀ। ਸੋ ਇਹ ਜਿਹੜੇ ਲੋਕ ਸੀ ਜਿਹੜੇ ਗੱਡੀਆਂ 'ਚ ਕਾਫੀ ਜਿਹੜਾ ਜਾਣਾ ਸੀ, ਇਹ ਗਨੀਮਤ ਵੀ ਆਸ ਪਾਸ ਦੇ ਲੋਕ ਸੀ। ਸੈਂਟਰਲ ਜੇਲ੍ਹ ਜਿਹੜਾ ਇਹ ਪੈਟਰੋਲ ਪੰਪ ਹੈ ਖੁੱਲ੍ਹਿਆ, ਤਾਂ ਲੋਕਾਂ ਨੂੰ ਕਾਫੀ ਇਸ ਦਾ ਥੋੜ੍ਹੀ ਰਾਹਤ ਮਿਲ ਗਈ ਹੈ, ਅਤੇ ਅਦਰਵਾਈਜ਼ ਅਗਰ ਦੂਰੋਂ ਜਾਣਾ ਕਿਸੇ ਨੇ ਹੁੰਦਾ ਤਾਂ ਉਹਨਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਸੀ।
ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਹੈ। ਭਾਈ ਜਾਨ ਪਤਾ ਜੀ ਪੈਟਰੋਲ ਪੰਪ ਸਾਰੇ ਬੰਦ ਹੈ ਸ਼ਹਿਰ ਦੇ ਜ਼ਿਲ੍ਹੇ ਸਾਰੇ? ਨਹੀਂ ਸਰ ਪਤਾ ਨਹੀਂ, ਪਤਾ ਸੀ ਨਹੀਂ, ਪਤਾ ਨਹੀਂ ਸੀ। ਅਗਰ ਇਹ ਤੁਹਾਨੂੰ ਪਤਾ ਪੂਰਾ ਲੁਧਿਆਣਾ ਜ਼ਿਲ੍ਹਾ ਅੱਜ ਪੈਟਰੋਲ ਪੰਪ ਦੇ ਡੀਜ਼ਲੇਸ਼ਨ ਬੰਦ ਕੀਤਾ ਆ, ਸਿਰਫ ਸਰਕਾਰੀ 3 ਪੈਟਰੋਲ ਪੰਪ ਖੁੱਲ੍ਹੇ ਆ, ਇੱਕ ਆਵਲਾ ਖੁੱਲ੍ਹਾ, ਇੱਕ ਬਾਈਪਾਸ, ਬਾਕੀ ਸਾਰੇ ਬੰਦ ਹੈ। ਠੀਕ ਹੈ। ਦੂਰ ਜਾਣਾ ਕਿ ਨੇੜੇ ਸੀ ਕਿਤੇ? ਦੂਰ ਜਾਣਾ ਸੀ ਜੀ। ਅਗਰ ਇਹ ਬੰਦ ਹੁੰਦਾ ਫਿਰ? ਫਿਰ ਬੱਸ ਹੈ ਜੀ, ਮੁਸ਼ਕਲ ਸੀ। ਹਾਂਜੀ ਹਾਂਜੀ, ਬਹੁਤ ਜ਼ਿਆਦਾ। ਸਾਹਮਣਾ ਕਰਨਾ ਪਿਆ ਦੱਸ ਸੀ ਕਿ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੁਆਰਾ ਜਿਹੜਾ ਅੱਜ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਪੈਟਰੋਲ ਪੰਪ 390 ਤੋਂ ਉੱਪਰ ਪੈਟਰੋਲ ਪੰਪ ਆ ਸਾਰੇ ਬਿਲਕੁਲ ਤਰ੍ਹਾਂ ਬੰਦ ਕੀਤੇ ਗਏ ਆ ਆਪਣੀ ਮੰਗੇ ਹੱਕੀ ਮੰਗਾਂ ਨੂੰ ਲੈ ਕੇ। ਤਾਂ ਕਿਤੇ ਨਾ ਕਿਤੇ ਅੱਜ ਜਿਹੜੇ ਲੋਕਾਂ ਨੇ ਬਾਹਰ ਜਾਣਾ ਸੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਈ ਤਾਂ ਇੱਦਾਂ ਦੇ ਜਿਹੜੇ ਲੋਕ ਆਏ ਜਿਹੜੇ ਕਾਫੀ ਦੂਰ ਤੋਂ 4-5 ਕਿਲੋਮੀਟਰ ਆਪਣੇ ਵਾਹਨਾਂ ਨੂੰ ਰੇੜ ਕੇ ਲੈ ਕੇ ਇੱਥੇ ਪੈਟਰੋਲ ਪੰਪਾਂ 'ਤੇ ਪਹੁੰਚੇ। ਉਹ ਪੈਟਰੋਲ ਪੰਪ ਜਿਹੜੇ ਸਰਕਾਰੀ ਪੈਟਰੋਲ ਪੰਪ ਹੈਗੇ ਉੱਥੇ ਜਿਨ੍ਹਾਂ ਨੂੰ ਪਤਾ ਲੱਗਦਾ ਉੱਥੇ ਪਹੁੰਚੇ, ਲੇਕਿਨ ਕਈ ਬੰਦੇ ਰਸਤੇ ਤੋਂ ਹੀ ਵਾਪਸ ਆਪਣੀਆਂ ਗੱਡੀਆਂ ਖੜ ਕੇ ਆਪਣੇ ਘਰਾਂ ਜਾਂ ਅੱਗੇ ਜਿਹੜੇ ਕੰਮ 'ਤੇ ਜਾਣਾ ਸੀ ਉੱਥੇ ਬਾਏ ਬੱਸਣਾ ਵੀ ਗਏ ਆ। ਸੋ ਅੱਜ ਜ਼ਿਲ੍ਹਾ ਲੁਧਿਆਣਾ 'ਤੇ ਤਕਰੀਬਨ 390 ਤੋਂ ਉੱਪਰ ਜਿਹੜੇ ਪੈਟਰੋਲ ਪੰਪ ਹੈ ਅੱਜ ਆਪਣੇ ਪੈਟਰੋਲ ਪੰਪ ਜਿਹੜੇ ਉਹਨਾਂ ਦੇ ਜਿਹੜੇ ਐਸ਼ੀਅਨ ਵੱਲੋਂ ਆ ਜਿਹੜੀ ਹੜਤਾਲ ਠੀਕ ਦਿਨ ਦੀ, ਕਿਤੇ ਨਾ ਕਿਤੇ ਅੱਜ ਆਮ ਬੜੇ ਜਨਤਾ ਨੂੰ ਵੀ ਇਸਦਾ ਕਾਫੀ ਖਾਮਿਆਜਾ ਭੁਗਤਣਾ ਪੈ ਗਿਆ, ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕੈਮਰਾਮੈਨ ਬੋਬੀ ਨਾਲ ਸੰਦੀਪ ਸ਼ਰਮਾ, ਡੈਨੀਸ਼ ਟੀਵੀ, ਲੁਧਿਆਣਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।